ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਹਾਂ ਜਗਮੀਤ, ਤੁਸੀਂ ਦੇਖ ਰਹੇ ਹੋ ਜਗਮੀਤ ਗਾਰਡਨ ਐਂਡ ਫਾਰਮਿੰਗ ਚੈਨਲ। ਹੈਗੀ ਆ ਗਾਰਡਨ ਦੀ ਕਿਰਪਾਨ, ਇਹ ਮੇਰੇ ਕੋਲ ਪਹਿਲਾਂ ਸੀ ਜਿਹੜੀ, ਇਹ ਖਰਾਬ ਹੋ ਗਈ ਆ ਅਤੇ ਆਹ ਨਿਊ ਆ। ਮੈਂ ਕਿਹਾ ਚਲੋ, ਯੂਟਿਊਬ ਦੇ ਉੱਪਰ ਕੋਈ ਵੀ ਇਹਦੀ ਵੀਡੀਓ ਹੈ ਨਹੀਂ ਗੀ, ਅਤੇ ਮੈਂ ਕਿਹਾ ਅੱਜ ਤੁਹਾਨੂੰ ਆਪਾਂ ਇਹ ਵੀਡੀਓ ਦਿਖਾਈਏ। ਕਿਉਂਕਿ ਗਾਰਡਨ ਦੀ ਆਪਾਂ ਕਿਰਪਾਨ ਇਹਨੂੰ ਇਸ ਲਈ ਕਹਿ ਰਹੇ ਹਾਂ ਕਿਉਂਕਿ ਇਹ ਗਾਰਡਨ ਦੀ ਜਿਹੜੀ ਰੱਖਿਆ ਕਰਦੀ ਆ, ਅਤੇ ਬਹੁਤ ਵਧੀਆ ਚੀਜ਼ ਹੈਗੀ ਆ। ਜਿੱਦਾਂ ਗਾਰਡਨ ਦੇ ਵਿੱਚ ਬੂਟੀਆਂ ਉੱਗ ਜਾਂਦੀਆਂ ਹਨ, ਜਿਹਨੂੰ ਆਪਾਂ ਹੱਥਾਂ ਦੇ ਨਾਲ ਕੱਟਦੇ ਹਾਂ, ਤਾਂ ਇਹ ਹੁੰਦਾ ਕਿ ਸਾਡੇ ਹੱਥਾਂ 'ਤੇ ਖਾਰਸ਼ ਹੋਣ ਲੱਗ ਜਾਂਦੀ ਹੈ ਨਾ, ਅਤੇ ਇਹਨੂੰ ਆਪਾਂ ਦੂਰੋਂ ਹੀ ਜਿਹੜਾ ਯੂਜ਼ ਕਰ ਸਕਦੇ ਹਾਂ। ਅਤੇ ਕੈਮਰਾਮੈਨ ਨੂੰ ਕਹਾਂਗਾ ਨੇੜੇ ਨੂੰ ਆਏ, ਹੋਰ ਨੇੜੇ ਲੈ ਆ ਬੂਟੀਆਂ। ਹਾਂਜੀ ਦੋਸਤੋ, ਤੁਸੀਂ ਦੇਖਿਆ ਕਿੱਦਾਂ ਹੈ ਨਾ ਆਪਾਂ ਗਾਰਡਨ ਦੀ ਰੱਖਿਆ ਕੀਤੀ ਇਹਦੇ ਨਾਲ, ਇਹ ਕਿਰਪਾਨ ਦੇ ਨਾਲ ਕਿੱਦਾਂ ਜ਼ਹਿਰੀਲੀਆਂ ਬੂਟੀਆਂ ਆਪਾਂ ਕੱਟੀਆਂ। ਇਹਦੇ ਨਾਲ ਬਹੁਤ ਸੌਖੇ ਤਰੀਕੇ ਦੇ ਨਾਲ ਆਪਾਂ ਕੱਟ ਸਕਦੇ ਹੈਗੇ ਹਾਂ। ਅਤੇ ਨੰਬਰ ਮੇਰਾ ਸਕਰੀਨ ਦੇ ਉੱਪਰ ਲੱਗਿਆ ਹੋਇਆ, ਅਤੇ ਨੰਬਰ 'ਤੇ ਤੁਸੀਂ ਕਾਲ ਕਰਕੇ ਇਹ ਜਿਹੜੀ ਚੀਜ਼ ਤੁਸੀਂ ਔਡਰ ਕਰ ਸਕਦੇ ਹੈਗੇ ਹੋ, ਜੇ ਤੁਸੀਂ ਖੁਦ ਹੀ ਆਪਣੇ ਪਾਰਕ ਤਿਆਰ ਕਰਨੀ ਚਾਹੁੰਦੇ ਹੋ। ਕਿਉਂਕਿ ਜਦੋਂ ਮੈਂ ਪਾਰਕ ਤਿਆਰ ਕਰਦਾ ਹੁੰਦਾ, ਮੇਰੇ ਕੰਮ ਦੇ ਵਿੱਚ ਇਹਦੀ ਬਹੁਤ ਜ਼ਿਆਦਾ ਵਰਤੋਂ ਆਉਂਦੀ ਆ। ਜਿੱਦਾਂ ਜੇ ਆਪਾਂ ਗਾਰਡਨ ਨਵੀਂ ਤੋਂ ਨਵੀਂ ਕੋਈ ਗਾਰਡਨ ਤਿਆਰ ਕਰਨੀ ਹੁੰਦੀ ਆ, ਵਿੱਚ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਵੀ ਇਹ ਵੀਡੀਓ ਕਿਵੇਂ ਲੱਗੀ, ਕਿੱਦਾਂ ਲੱਗੀ ਹੈ ਨਾ। ਤਾਂ ਆਹ ਕੁਛ ਇੱਧਰ ਜਿਹੜੇ ਥੱਲੇ ਹੈਗਾ ਸੀ, ਇਹ ਪਹਿਲਾਂ ਮੈਂ ਕਈ ਦੇ ਨਾਲ ਕੱਢਿਆ ਸੀਗਾ, ਕੈਮਰਾਮੈਨ ਨੂੰ ਕਹਾਂਗਾ ਇੱਧਰ। ਆਹ ਢੇਰ ਲਾਇਆ ਹੋਇਆ ਜਿਹੜਾ ਘਾਹ ਦਾ, ਪਹਿਲਾਂ ਇਹ ਸਾਰਾ ਕਈ ਦੇ ਨਾਲ ਕੱਟੇ ਸੀ, ਪਰ ਕਈ ਦੇ ਨਾਲ ਕਹਿ ਲਓ ਵੀ ਜ਼ਿਆਦਾ ਟਾਈਮ ਖਰਾਬ ਹੁੰਦਾ, ਪਰ ਇਹਦੇ ਨਾਲ ਆਪਣੀ ਟਾਈਮ ਦੀ ਬੱਚਤ ਜਿਹੜੀ ਬਹੁਤ ਜ਼ਿਆਦਾ ਬੱਚਤ ਹੁੰਦੀ ਆ। ਅਤੇ ਜੇ ਤੁਸੀਂ ਵੀ ਇਹ ਚਾਹੁੰਦੇ ਹੋ ਤਾਂ ਜਿੱਦਾਂ ਗਾਰਡਨ ਪਾਰਕਾਂ ਦੇ ਵਿੱਚ ਆਪਾਂ ਕੰਮ ਕਰਨਾ, ਤਾਂ ਇਹ ਤੁਸੀਂ ਮੇਰੇ ਕੋਲੋਂ ਲੈ ਸਕਦੇ ਹੋ, ਅਤੇ ਨੰਬਰ ਮੇਰਾ ਸਕਰੀਨ ਦੇ ਉੱਪਰ ਦਿੱਤਾ ਹੋਇਆ। ਇਹ ਕਿਵੇਂ ਲੱਗੀ ਦੋਸਤੋ ਤੁਹਾਨੂੰ ਵੀਡੀਓ, ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਲਈ। ਥੈਂਕ ਯੂ ਦੋਸਤੋ, ਬਾਏ।